ਇਹ ਇੱਕ ਬਹੁਤ ਚੰਗਾ ਲਾਈਟ ਦਾ ਪ੍ਰਯੋਗ ਹੈ। ਤੁਹਾਨੂੰ ਇੱਕ ਛੋਟੀ ਪਲਾਸਟਿਕ ਦੀ ਬੋਤਲ, ਡਿਟੋਲ ਅਤੇ ਇੱਕ ਲੇਜ਼ਰ ਪੁਆਇੰਟਰ ਚਾਹੀਦਾ ਹੈ। ਇੱਕ ਪਾਣੀ ਨਾਲ ਭਰੇ ਮੱਗ ਵਿੱਚ ਕੁਝ ਬੂੰਦਾਂ ਡਿਟੋਲ ਦੀਆਂ ਪਾਓ। ਡਿਟੋਲ ਅਤੇ ਪਾਣੀ ਨੂੰ ਚੰਗੀ ਤਰ੍ਹਾਂ ਹਿਲਾ ਦਿਓ। ਇੱਕ ਛੋਟੀ ਕੱਟੀ ਹੋਈ ਬੋਤਲ ਲਵੋ ਅਤੇ ਬੋਤਲ ਦੇ ਢੱਕਣ ਵਿੱਚ ਗਲੀ ਕਰੋ। ਗਲੀ ਨੂੰ ਆਪਣੀ ਉਂਗਲੀ ਨਾਲ ਬੰਦ ਕਰੋ ਅਤੇ ਹੁਣ ਬੋਤਲ ਨੂੰ ਡਿਟੋਲ ਦੇ ਪਾਣੀ ਨਾਲ ਭਰੋ। ਹੁਣ ਲੇਜ਼ਰ ਲਾਈਟ ਨੂੰ ਮੋਗੇ ਦੇ ਵਿਚਕਾਰ ਮਾਰੋ, ਜਿਵੇਂ ਪਾਣੀ ਮੋਰੀ ਤੋਂ ਮੋਰੀ ਦੇ ਵਿਚਕਾਰ ਮਾਰੋ। ਜਿਵੇਂ ਪਾਣੀ ਮੋਰੀ ਤੋਂ ਬਾਹਰ ਨਿਕਲੇਗਾ ਤਾਂ ਲਾਈਟ ਵੀ ਉਸਦੇ ਨਾਲ ਮੁੜ ਜਾਏਗੀ। ਪੂਰਾ ਅੰਦਰੂਨੀ ਰਿਫਲੈਕਸ਼ਨ ਹੀ ਇਸਦਾ ਕਾਰਨ ਹੈ। ਇੱਕ ਹਨੇਰੇ ਕਮਰੇ ਵਿੱਚ ਤੁਹਾਨੂੰ ਜਗਮਗਾਉਂਦਾ ਹੋਇਆ ਕਰਵ ਦਿਖਾਈ ਦੇਵੇਗਾ। ਇਸ ਤਰ੍ਹਾਂ ਲੱਗੇਗਾ ਜਿਵੇਂ ਪਾਣੀ ਦੇ ਕਟੋਰੇ ਵਿੱਚ ਲਾਈਟ ਡਿੱਗ ਰਹੀ ਹੋਵੇ। ਇਹ ਲਾਈਟ ਦਾ ਇੱਕ ਬਹੁਤ ਜਗਮਗਾਉਂਦਾ ਪ੍ਰਯੋਗ ਹੈ।